ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਸਾਰਿਆਂ ਦਾ। ਤੇ ਅੱਜ ਆਪਾਂ ਚੱਲੇ ਆ ਹੁਣ ਘਰ ਵਾਪਸ। ਤੁਹਾਨੂੰ ਪਤਾ ਹੀ ਹੋਣਾ ਕਿ ਆਪਾਂ ਹਨਾ ਕਿੰਨੇ ਦਿਨਾਂ ਦੇ ਇੱਥੇ ਆਏ ਹਾਂ, 19 ਤਰੀਕ ਤੇ ਆਏ ਆ, ਅੱਜ 25 ਤਰੀਕ ਹੋ ਗਈ। ਮੈਂ ਚਲੋ ਹੁਣ ਚੱਲੀਏ ਫਿਰ ਘਰ। ਤੇ ਕਿਉਂ ਆਏ ਆ ਇਹਦਾ ਤੁਹਾਨੂੰ ਬਹੁਤ ਜਾਣਿਆਂ ਨੂੰ ਪਤਾ ਹੀ ਆ ਵੀ ਚਲੋ ਕੀ ਹੋਇਆ ਸੀ। ਪਰ ਦੇਖੋ ਕਈ ਹਨਾ ਕਮੈਂਟ ਪੜ੍ਹੇ ਮੈਂ, ਗੱਲਾਂ ਕਰਨੀਆਂ ਜਿਹੜੀਆਂ ਨਾ ਉਹ ਬਹੁਤ ਸੌਖੀਆਂ ਹੁੰਦੀਆਂ ਕਿ ਠੀਕ ਹੈ ਦੁਨੀਆਦਾਰੀ ਨੂੰ ਆਪਣੇ ਆਪ ਨਾਲ ਡਿਸਕ੍ਰਾਈਬ ਕਰਨਾ ਨਾ ਦੁਨੀਆਦਾਰੀ ਨੂੰ ਬੜਾ ਸੌਖਾ ਲੱਗਦਾ, ਪਰ ਅਸਲ ਦੁਨੀਆ 'ਚ ਜਾ ਕੇ ਵੇਖੀਏ ਤਾਂ ਬਹੁਤ ਔਖਾ ਦੁਨੀਆ ਦਾ। ਤੇ ਗੱਲ ਸਾਰੀ ਇੱਥੇ ਆ ਕੇ ਖਤਮ ਹੁੰਦੀ ਆ ਕਿ ਸੁੱਖ ਵੇਲੇ ਕੋਈ ਬੁਲਾਵੇ ਨਾ ਬੁਲਾਵੇ, ਜਿਹੜਾ ਦੁੱਖ ਵੇਲੇ ਆ ਨਾ ਉਹ ਕਿਸੇ ਬੰਦੇ ਨੂੰ ਇਨਵੀਟੇਸ਼ਨ ਦੀ ਲੋੜ ਨਹੀਂ ਪੈਂਦੀ ਵੀ ਹਾਂ ਵੀ ਤੂੰ ਆ ਜਾ, ਉਹ ਵੇਲੇ ਆਪਣੇ ਆਪ ਹੀ ਜਾਣਾ ਪੈਂਦਾ ਆ। ਤੇ ਰਹੀ ਗੱਲ ਵੀ ਜੇ ਜ਼ਰੂਰੀ ਨਹੀਂ ਆ ਕਿ ਆਪਾਂ ਉੱਥੇ ਕਿਸੇ ਫੋਟੋ ਨਹੀਂ ਖਿੱਚੀ, ਉੱਥੇ ਜਾ ਕੇ ਅਸੀਂ ਕੋਈ ਵੀਡੀਓ ਨਹੀਂ ਬਣਾਈ, ਤੇ ਇਹਦਾ ਮਤਲਬ ਇਹ ਆ ਕਿ ਅਸੀਂ ਉੱਥੇ ਪਹੁੰਚੇ ਹੀ ਨਹੀਂ ਆ। ਠੀਕ ਆ, ਜ਼ਰੂਰੀ ਨਹੀਂ ਹੁੰਦਾ ਵੀ ਉੱਥੇ ਜਾ ਕੇ ਅਸੀਂ ਮਤਲਬ ਲਾਈਕ ਉੱਥੇ ਕੈਮਰਾ ਖੋਲ੍ਹ ਕੇ ਬਹਿ ਜਾਈਏ, ਹਨਾ ਇੰਨੀ ਦੁੱਖ ਦੀ ਘੜੀ ਆ ਅਤੇ ਉੱਥੇ ਸਾਨੂੰ ਕੈਮਰੇ ਸੁੱਜਣ ਡੇ ਆ ਵੀ ਅਸੀਂ ਕੈਮਰਾ ਖੋਲ੍ਹ ਕੇ ਫੋਟੋ ਖਿੱਚ ਲਈਏ, ਕੈਮਰਾ ਖੋਲ੍ਹ ਕੇ ਵੀਡੀਓ ਬਣਾ ਲਈਏ, ਸਿਰਫ ਇਹ ਸਾਬਿਤ ਕਰਨ ਵਾਸਤੇ ਕਿ ਨਹੀਂ ਨਹੀਂ ਅਸੀਂ ਉੱਥੇ ਗਏ ਹਾਂ। ਇਹ ਵੀਡੀਓ ਪਾਉਣਾ ਖੁਦ ਡਿਸੀਜ਼ਨ ਹੁੰਦਾ ਆਪਣਾ ਆਪਣੀ, ਹਨਾ ਦਿਮਾਗ ਦੀ ਆਪਣੇ ਮਨ ਦੀ ਗੱਲ ਹੁੰਦੀ ਆ ਕਿ ਅਸੀਂ ਉਹ ਚੀਜ਼ ਕਰਨੀ ਆ, ਪਰ ਜੇ ਉਹ ਚੀਜ਼ ਨਹੀਂ ਕਰਨਾ ਚਾਹੁੰਦੇ ਤੇ ਨਹੀਂ ਕਰਨਾ ਚਾਹੁੰਦੇ। ਹੁਣ ਮੈਂ ਭੱਜ ਕੇ ਕਿਸੇ ਫੋਟੋ 'ਚ ਚੱਲ ਜਾਂ, ਮੈਂ ਭੱਜ ਕੇ ਕਿਸੇ ਵੀਡੀਓ 'ਚ ਚੱਲ ਜਾਂ, ਹਨਾ ਕਿ ਉੱਥੇ ਕਿਹੜਾ ਕੋਈ ਵਿਆਹ ਹੋਣ ਡਿਆ ਕਿ ਮੈਂ ਭੱਜ ਕੇ ਕਹਾਂ ਮੈਂ ਵੀ ਖਿਚਾਉਣੀ ਆ, ਜਾਂ ਭੱਜ ਕੇ ਕਹਾਂ ਮੈਂ ਵੀ ਵੀਡੀਓ 'ਚ ਆਉਣਾ, ਜਿਹੜੀ ਚੀਜ਼ ਹਨਾ ਮੈਨੂੰ ਨਹੀਂ ਚੰਗੀ ਲੱਗਦੀ, ਮੈਨੂੰ ਨਹੀਂ ਚੰਗੀ ਲੱਗਦੀ। ਤੇ ਇਹਦੇ ਤੋਂ ਇਹ ਚੀਜ਼ਾਂ ਨਹੀਂ ਹੁੰਦੀਆਂ ਕਿ ਹਾਂ ਵੀ ਇਹਦੇ ਉੱਥੇ ਪਹੁੰਚੇ ਨਹੀਂ ਹੋਣੇ, ਹਾਂ ਵੀ ਇਹਦੇ ਉੱਥੇ ਗਏ ਨਹੀਂ ਹੋਣੇ। ਯਾਰ ਪਰਿਵਾਰ 'ਚ 36 ਗੱਲਾਂ ਹੁੰਦੀਆਂ ਰਹਿੰਦੀਆਂ, ਠੀਕ ਆ, ਮੈਂ ਤੇ ਘਰਾਂ ਵਾਲੇ ਤੇ ਜਾਣਦੇ ਹੀ ਆ ਵੀ ਜਿੱਦਾਂ ਮਰਜ਼ੀ ਭਾਵੇਂ ਲੜਿਆ ਹੋਵੇ, ਭਾਵੇਂ ਵੱਡੇ ਤੋਂ ਵੱਡਾ ਦੁਸ਼ਮਣ ਹੋ ਜੇ, ਪਰ ਇਹੋ ਜਿਹੇ ਟਾਈਮ 'ਤੇ ਨਹੀਂ ਕੋਈ ਵੀ ਬੰਦਾ ਭੁੱਲ ਸਕਦਾ, ਇਹੋ ਜਿਹੇ ਟਾਈਮ 'ਤੇ ਬੰਦੇ ਨੂੰ ਜਾਣਾ ਹੀ ਪੈਂਦਾ ਆ, ਜਿੱਦਾਂ ਮਰਜ਼ੀ ਕਰ ਲਓ। ਤੇ ਫਿਰ ਵੀ ਹਨਾ ਪਰਿਵਾਰ ਤੇ ਆਪਣਾ ਹੀ ਹੁੰਦਾ ਆ, ਕਿਉਂ ਪ੍ਰਭ? ਹਾਂ ਬਿਲਕੁਲ, ਬਾਕੀ ਕਈ ਪਿਆਰ ਕਰਨ ਵਾਲੇ ਕਈ ਜਾਂਦੇ ਕਿ ਤੁਸੀਂ ਗਏ ਨਹੀਂ ਗਏ ਆਪਾਂ ਹੈਗੇ ਹੀ, ਪਤਾ ਆਪਾਂ ਵੀਡੀਓ ਵਾਲੀ ਬਣਾਉਣੀ ਨਹੀਂ ਸੀ ਤਾਂ ਬਣਾਈਆਂ, ਤੁਹਾਡਾ ਸਿਰਫ ਕੋਈ ਇਰਾਦਾ ਨਹੀਂ ਹੈਗਾ, ਕੋਈ 1% ਵੀ ਮੇਰਾ ਇਹ ਚੀਜ਼ ਦਾ ਇਰਾਦਾ ਨਹੀਂ ਹੈਗਾ ਕਿ ਮੈਂ ਇਹ ਚੀਜ਼ ਤੇ ਵੀਡੀਓ ਬਣਾਵਾਂ। ਪਰ ਗੱਲ ਪਤਾ ਕੀ ਹੁੰਦੀ ਆ, ਗੱਲ ਇਹ ਹੁੰਦੀ ਆ ਕਿ ਹਰ ਗੱਲ ਪਿੱਛੇ ਜ਼ਰੂਰੀ ਨਹੀਂ ਹੁੰਦਾ ਕਿ ਕੈਮਰਾ। ਹੁਣ ਇੰਨੇ ਕੁ ਤੇ ਹੈਗੇ ਹੁਣ ਜਿਹੜੀਆਂ ਚੀਜ਼ਾਂ ਪਬਲਿਕ ਨੂੰ ਮਤਲਬ ਹਨਾ ਵੇਖਣਾ, ਮਤਲਬ ਜਿਹੜੀਆਂ ਜਾਇਜ਼ ਚੀਜ਼ਾਂ ਆ, ਜਾਇਜ਼ ਜਿਹਨੂੰ ਕਹਿੰਦੇ ਆ। ਹੁਣ ਕੀ ਗੱਲ ਹੁੰਦੀ ਆ, ਜਿਹੜੀ ਵੀਡੀਓ ਤੱਕ ਚੀਜ਼ ਆ ਉਹ ਵੀਡੀਓ ਤੱਕ ਹੀ ਸਹਿਮਤ ਰੱਖਿਆ ਕਰੋ, ਜਿਹੜੀ ਚੀਜ਼ ਆਪਾਂ ਵਿਖਾਉਂਦੇ ਨਹੀਂ ਆ ਉਹਦੇ ਤੱਕ ਕਿਉਂ ਜਾਣਾ? ਹਰ ਚੀਜ਼ ਟਾਈਮ ਆਪਾਂ ਵੀਡੀਓ ਨਹੀਂ ਪਾ ਸਕਦੇ, ਕੋਈ ਮੌਕਾ ਹੁੰਦਾ ਕੋਈ ਨਹੀਂ ਹੁੰਦਾ, ਕੋਈ ਟਾਈਮ ਹੁੰਦਾ, ਥੋੜਾ ਨਾ ਟਾਈਮ ਹੁੰਦਾ ਵਾ ਕਿ ਪਾਉਣ ਦਾ ਵੀ ਟਾਈਮ ਹੁੰਦਾ ਆ ਕਿ ਅੱਗੇ ਵੇਖਣਾ, ਸਿਚੁਏਸ਼ਨ ਵੀ ਦੇਖਣੀ ਪੈਂਦੀ ਹੈ ਕਿ ਠੀਕ ਆ ਨਹੀਂ ਠੀਕ ਆ, ਇੱਕ ਤੱਕ ਲਿਮਿਟ ਹੈਗੀ ਆਪਾਂ ਕਰੀਦਾ ਵਾ, ਪਰ ਆਹ ਚੀਜ਼ ਨਹੀਂ, ਇਹ ਚੀਜ਼ ਆਪਣੇ ਦਿਮਾਗ 'ਚੋਂ ਕੱਢਦੇ ਕਿ ਆਪਾਂ ਗਏ ਨਹੀਂ, ਆਪਾਂ ਹੁਣ ਵੀ ਉੱਥੋਂ ਹੀ ਆ ਰਹੇ ਹਾਂ, ਤੇ ਇਹ ਚੀਜ਼ ਮੇਰੇ ਇਨ-ਲਾਅ ਚੰਗੇ ਆ। ਮੈਂ ਇੱਥੇ ਹਰ ਫਿਰ ਵੀ ਹਫ਼ਤਾ ਕੱਢ ਗਈ ਹਾਂ, ਹਫ਼ਤੇ ਤੋਂ ਵੱਧ ਮੈਂ ਇੱਥੇ ਰਹਿ ਲਿਆ ਵਾ, ਨਹੀਂ ਤੇ ਨਾਲੇ ਆਉਣ ਮੇਰੇ ਤੇ ਨਾਲੇ ਹਨਾ ਵੀ 2 ਦਿਨ ਬੰਦਾ, 1 ਦਿਨ ਹੁੰਦਾ 2 ਦਿਨ ਹੁੰਦਾ, ਕਿਉਂ ਰਹਿੰਦੇ ਆਪਾਂ ਪਰਿਵਾਰ, ਉਹਦੇ ਤੋਂ ਵੱਧ ਕੀ ਹੁੰਦਾ ਹੈ? ਪਰ ਕਿਸੇ ਨੂੰ ਇਹ ਵੇਖ ਕੇ ਜੱਜ ਕਰਨਾ ਕਿ ਯਾਰ ਇਹਨੇ ਤੇ ਵੀਡੀਓ ਨਹੀਂ ਪਾਈ ਕੋਈ, ਇਹਨੇ ਤੇ ਫੋਟੋ ਨਹੀਂ ਪਾਈ, ਤੇ ਬਈ ਜੱਜ ਇਹ ਇਹਨਾਂ ਚੀਜ਼ਾਂ ਤੋਂ ਨਹੀਂ ਜੱਜ ਕਰੀਦਾ ਹੁੰਦਾ ਵੀ ਹੁੰਦੀ ਆ, ਠੀਕ ਹੈ, ਨਜਾਇਜ਼ ਚੀਜ਼ਾਂ ਨਾ ਤੇ ਮੈਂ ਵੀਡੀਓ 'ਚ ਦੱਸਦੀ ਵੀ ਮੈਂ ਇੱਦਾਂ ਜਾਂ ਉੱਦਾਂ ਤੇ ਨਾ ਉੱਦਾਂ ਵਿਖਾਈ ਦੀਆਂ। ਯਾਰ ਇਹੋ ਜਿਹੇ ਟਾਈਮ ਵੀਡੀਓ ਸੋਚਦੀ ਨਹੀਂ ਆ, ਪਹਿਲੀ ਗੱਲ ਤਾਂ ਅੱਜ ਕਿੰਨੇ ਦਿਨ ਹੋ ਗਏ ਆ ਮੈਨੂੰ, 6-7 ਦਿਨ ਹੋ ਗਏ, 8 ਦਿਨ, ਤੇ ਰਿਪਲਾਈ ਦੇਣਾ ਜ਼ਰੂਰੀ ਬਣਦਾ ਆ, ਦੱਸਣਾ ਜ਼ਰੂਰੀ, ਵੀਡੀਓ ਜ਼ਰੂਰੀ ਬਣਦੀ ਆ, ਕਿਉਂਕਿ ਤੁਸੀਂ ਹਰ ਵੀਡੀਓ ਥੱਲੇ ਇਹੋ ਹੀ ਕਮੈਂਟ ਕਰਨੇ ਜਿੰਨਾਂ ਤੱਕ ਤੁਹਾਡਾ ਡਾਊਟ ਨਾ ਕਲੀਅਰ ਹੋਇਆ, ਜਿੰਨਾਂ ਤੱਕ ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਕਿਉਂ ਇਹ ਚੀਜ਼ ਕਿਉਂ ਕੀ ਹੋਇਆ ਜਾਂ ਗਏ ਨਹੀਂ ਕਿੱਦਾਂ ਵਾ, ਠੀਕ ਹੈ ਨਾ, ਦੇਖੋ ਨਾ ਤੇ ਵੀਡੀਓ ਪਾਉਣਾ ਕੁਛ ਹੋ ਜਾਣਾ ਤੇ ਨਾ ਨਾ ਪਾਉਣਾ ਕੁਛ ਹੋ ਜਾਣਾ, ਬੰਦਾ ਮਰਿਆ ਨਾ, ਸਿੱਧੀ ਗੱਲ ਕਿ ਮਰਿਆ ਬੰਦਿਆਂ ਨਾਲ ਮਰਿਆ ਨਹੀਂ ਜਾਂਦਾ, ਕੰਮ ਦੁਨੀਆ ਤੇ ਚੱਲਦੇ ਰਹਿੰਦੇ ਆ, ਕੰਮ ਕਾਰ ਸਾਰਿਆਂ ਦੇ ਹੁੰਦੇ ਰਹਿੰਦੇ ਆ, ਜੇ ਕੋਈ ਨੌਕਰੀ ਤੇ ਉਹ ਨੌਕਰੀ ਥੋੜੀ ਛੱਡ ਦਿੰਦਾ ਕਿ ਹੁਣ ਹਨਾ ਆਪਣੇ ਘਰੇ ਆ ਜੀ ਇਦਾਂ ਚੱਲ ਗਿਆ ਤੇ ਮੈਂ ਹੁਣ ਆਪਣੀ ਨੌਕਰੀ ਛੱਡਦਾ, ਤੇ ਉਹ ਖਾਣਾ ਕਿੱਥੋਂ ਕਮਾਉਣਾ ਕਿੱਥੋਂ ਆ, ਸੋ ਹਿਸਾਬ ਆ ਕਿ ਦੁਨੀਆ ਚੱਲਦੀ ਦਾ ਰਾਹ ਆ, ਇੱਥੇ ਆਵਾਜਾਈ ਰਹਿਣੀ ਆ, ਮੇਲਾ ਵੇਖੋ ਤੇ ਤੁਰਦੇ ਪਾਉਣਾ, ਸਾਰਿਆਂ ਨੇ ਜਾਣਾ ਇੱਕ ਦਿਨ, ਜ਼ਰੂਰੀ ਨਹੀਂ ਹੈ ਕਿ ਕੋਈ ਬੁਢਾਪੇ 'ਚ ਜਾਂਦਾ ਕੋਈ ਜਵਾਨੀ 'ਚ ਜਾਂਦਾ, ਜਿਹੜੇ ਹਿਸਾਬ ਨਾਲ ਮਾਹੌਲ ਚਾਹਣਾ ਪਹਿਲਾਂ ਹੁੰਦਾ ਸੀ, ਪਹਿਲਾਂ ਸਾਡੇ ਮੇਰੇ ਨਾ ਦਿਮਾਗ 'ਚ ਗੱਲ ਬੈਠੀ ਹੁੰਦੀ ਸੀ ਕਿ ਬੰਦਾ ਬੁੱਢਾ ਹੋ ਗਈ ਮਰਦਾ, ਪਰ ਇਹ ਚੀਜ਼ ਸੱਚ ਨਹੀਂ ਹੈਗੀ, ਇਹ ਰੱਬ ਦੇ ਹੱਥ ਆ, ਜਿੰਨੇ ਸਵਾਸ ਲਿਖੇ ਆ ਬੰਦੇ ਨੇ ਉਹਨੇ ਆਪਣੇ ਪੂਰੇ ਕਰਕੇ, ਉਹਨੇ ਮਾਰ ਇਹਦੇ ਚੱਲ ਜਾਣਾ ਜਾਣਾ, ਹੁਣ ਬੱਚੇ ਆ ਤੇ ਉਹਨਾਂ ਨੇ ਵੀ ਅੱਗੇ ਆਪਣੀ ਜ਼ਿੰਦਗੀ ਜੀਣੀ ਆ, ਹੁਣ ਕਹਿ ਦੇਣ ਵੀ ਹਾਂਜੀ ਇਦਾਂ ਹੋ ਗਿਆ ਤੇ ਹੁਣ ਕੁਛ ਕਰੀਏ,
जुम्मेवारियां पै जांदियां वा। इह चीज़ नूं अहीं वी समझदे आ कि चलो निक्की उम्रे जुम्मेवारी जुम्मेवारी पैणी बड़ी वड्डी गल आ वी बंदा इह सोचिया वी नहीं हुंदा कदे बंदे ने इह चीज़ सोची नहीं हुंदी वी इदां दा जिंदगी च वी मोड़ आऊगा कि जिथे आपां नूं इह कुछ वी करना पऊ। बाकी चलो मालिक दी जिहड़ी आ रजा च रहना पैंदा वा उहदे हाथ वास सारा उहने किदां सारा कुछ करना ते इह चीज़ आ। देखो मैं कोई फॉर्मैलिटी नहीं करूंगी, तुहानूं वी पता वा कि इहो जिहे टाइम च तुहानूं हर किसे ने कहना सी तुहाडे नाल आ, हर किसे ने हौसला देना आ, पर बाद च सारे नूं आपो अपनी घरी हर किसे ने अपने घर चल जाना, हर किसे ने अपने काम कार ते लग जाना, हर किसे ने अपने 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 बारे सोचना है ते एंड टाइम ते अहीं कल्ले रह जांदे अहीं ते सानूं पता भी अहीं की करना किदां करना अपने दिमाग नाल चलना है। मैं एक गल होर कहूंगी, चलो गुस्सा ना करियो कि हर घर दी सारिआं दी गल नहीं करन लगी, कुछ करां दी भी हर घर विच ना चाची मां हुंदी ना भाभी मां हुंदी ना भैण ते ना ताई, ठीक आ, ते ना हर घर विच ताया चाचा है ना प्यो हुंदा आ ते ना ही भरा, ठीक आ। मतलब गल ये आ कि हर कई घरां च चलो हुंदा वी पर हर घर विच ये चीज़ां नहीं हुंदियां, कि इस करके वेलो हजे किसे नूं की पता भी पहला इन्ना प्यार हुंदा बाद च आके विगड़ जांदी, क्यों विगड़दी, आखिर की इहो जिहा हो जांदा कि इन्ना कुछ हो जांदा, की हो जांदा है किसे नूं किसे दे घर दा यार की पता आ, कुछ नहीं पता हुंदा की पता कुछ किस इन्ना ही माड़ा हो गया वे बंदे नाल कि बंदा मनो ही उठ गया होवे, तुहानूं पता है नहीं पता, वो तो उही बंदा जान सकता है जिहदे नाल होई होवे ते कहे कि हाँ बंदे दा मैं शकल नहीं वेखणी इस तों बाद, कुछ नहीं पता हुंदा। तां मान लो भी है ना मेरे डैडी इदां होई ते वेखो इह सरसरी जी गल आपां ते कहि दिंदे ना कि सानूं पुछदे नहीं आ सानूं कुछ दिंदे नहीं आ, ते पर ना इह सरसरी जी गल आ भी साथ दिंदे आ इन्ना ही बहुत है यार, कौन किसे नूं खवाउंदा हुण उन्होंने अपने बच्चे भी पालने हुंदे आ है ना, उन्होंने बच्चे होंगे उन्होंने भी घर की जिम्मेवारियां होंदिया, कौन है ना कि दिता है कि उन्होंने घर के खर्चे चलाऊगा या उन्होंने दूगा, कोई नहीं दिता, तो एक महीना दे दूगा दो महीना सारी उम्र थोड़ी किसी कोई खवा सकता है, तो बाकी चलो विहां शादियों पूरा साथ दिता इन्ना ही है ना बहुत होंगे। मैं इंटरव्यू ता ही नहीं दिंदी दूंदी क्योंकि मैं किसी अपनी स्टोरी दसना नहीं चाहती, मैं सच्ची गल दसा तो मैं चाहनी है कि जिदन मेरा मन किया ना तो मैं अपने यूट्यूब चैनल से ना आपे ही दसूंगी, क्योंकि मैनू लगता हजे तक मतलब कि सारे जिहड़े हैगे ना सोशल मीडिया हैगे चलाउण वाले उन्हां दी इंटरव्यू बहुत बहुत इंटरव्यू दित्तियां ने अपनियां ना स्टोरियां दसदे रहिंदे आ भी इदां इदां, ते पता नहीं मेरा दिल ही नहीं करता अपना अपने बारे किसे नूं दसण, पता नहीं क्यों, जां मेरी ज्यादा सैड आ जां फिर मैं है ना दुनिया वेखदी हुंनी आ कि जिस तरह आप वीडियो आना ही तो सोशल मीडिया से वेखते रहने, तो मैं कहनी हूँ कि इतने वध तो वध दुनिया दुखी है ना बहुत। बाकी हर जो कोई हसदा चेहरा उसके पीछे कोई ना कोई राज होता है, कोई ना कोई दुख की टाइम घड़ी ला लो कुछ भी ला लो होता है, जिन्ने मूँह उन्नियाँ गल्लां, हर किसी का वक्रा मन, हर किसी का वक्रा सुभा, हर किसी की अपनी वक्री सलाह ना भी ਉਹੀ ਨਹੀਂ, ਹਰ ਕਿਸੇ ਦੀ ਹੈ ਨਾ ਹਰ ਕਿਸੇ ਨੂੰ ਜੱਜ ਕਰਨ ਦੀ ਵੱਖਰੀ ਵੱਖਰੀ ਐਬਿਲਿਟੀ ਕਹਿ ਲਓ ਜਾਂ ਕੁਛ ਵੀ ਕਹਿ ਲਓ ਹੁੰਦਾ ਹੈ, ਚਲੋ ਆਪਾਂ ਕਿਸੇ ਨੂੰ ਬੜਾ ਮਾੜਾ ਨਹੀਂ ਕਹਿੰਦੇ ਕਿਉਂਕਿ ਕਈ ਵਾਰੀ ਅੱਖੋਂ ਪਰੋਖਾ ਜਿਹੜਾ ਹੁੰਦਾ ਵਾ ਉਹ ਬੰਦਾ ਮਾੜਾ ਕਹਿ ਦਿੰਦਾ ਆ, ਅਤੇ ਜੇ ਸਾਹਮਣੇ ਹੋਵੇ ਤਾਂ ਬੰਦਾ ਸਹੀ ਵੀ ਕਹਿ ਦਿੰਦਾ, ਹੁਣ ਅੱਖੋਂ ਪਰੋਖੇ 'ਤੇ ਕਹਿਣਾ ਹੀ ਆ, ਚਲੋ ਗੁੱਸਾ ਨਹੀਂ ਕੀ ਗੱਲ ਦਾ, ਬਸ ਇੰਨਾ ਹੀ ਕਹਿਣਾ ਸੀ ਵੀ ਚਲੋ ਇਹੋ ਜਿਹੀਆਂ ਗੱਲਾਂ ਵੱਲ ਹੈ ਨਾ ਗੌਰ ਨਹੀਂ ਕਰੀਦਾ ਹੁੰਦਾ ਕਿਉਂਕਿ ਇਹੋ ਜਿਹੀਆਂ ਗੱਲਾਂ 'ਤੇ ਤਾਂ ਬੰਦਾ ਵੈਸੇ ਵੀ ਸਬਰ ਸੰਤੋਖ ਰੱਖਦਾ ਆਪਣੇ ਮਨ ਵਿੱਚ ਕਿ ਨਹੀਂ ਵੀ ਅਸੀਂ ਹੈ ਨਾ ਚੰਗੇ ਜਿਹੜਾ ਟਾਈਮ ਆ ਉਸੇ ਟਾਈਮ ਨਾਲ ਹੀ ਚੱਲੀਏ, ਅਤੇ ਚਲੋ ਠੀਕ ਆ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਹੁਣ ਆਪਾਂ ਵੀ ਚੱਲੀਏ ਘਰ ਵੇਖੀਏ ਮਾਹੌਲ ਚਾਲ ਕੀ ਆ ਘਰ ਦਾ, ਅਤੇ ਬਾਕੀ ਜੇ ਕੁਛ ਗਲਤ ਲੱਗਾ ਗਲਤੀ ਸ਼ਲਤੀ ਲੱਗੀ ਹੋਵੇ ਤਾਂ ਮਾਫ਼ ਕਰਿਓ ਕਿਉਂਕਿ ਇੰਨੇ ਵੀ ਸਿਆਣੇ ਚਲੋ ਨਹੀਂ ਹੈਗੇ ਆਪਾਂ, ਕਿਉਂਕਿ ਸਾਡੇ ਤੋਂ ਵੀ ਵੱਡੇ ਤੋਂ ਵੱਡੇ ਸਿਆਣੇ ਬੈਠੇ ਆ, ਅਤੇ ਚਲੋ ਕੋਈ ਗੱਲ ਨਹੀਂ ਬਾਕੀ ਊਚ ਨੀਚ
ਹੁੰਦੀ ਰਹਿੰਦੀ ਆ, ਉਤਰਾ ਚੜਾ ਆਉਂਦੇ ਰਹਿੰਦੇ ਆ, ਉਜ ਨੀਚ ਹੁੰਦੀ ਰਹਿੰਦੀ ਆ, ਭਾਵੇਂ ਹਨਾ ਕੋਈ ਬਿਜ਼ਨਸ ਚ ਕਰ ਲਓ ਜਾਂ ਪਰਿਵਾਰਾਂ ਚ ਕਰ ਲਓ ਜਾਂ ਕੇ ਵੀ ਆਪਣੇ ਕੰਮ ਕਾਰ ਚ ਕਰ ਲਓ, ਮਤਲਬ ਹਰ ਕਿਤੇ ਉਤਰਾ ਚੜਾ ਆਉਂਦੇ ਰਹਿੰਦੇ ਆ। ਬਸ ਉਹ ਮੌਕਾ ਜਿਹੜਾ ਹੁੰਦਾ ਨਾ ਇੱਕ, ਉਹਨੂੰ ਸਾਂਭ ਲੈਣਾ ਚਾਹੀਦਾ। ਬਾਅਦ ਚ ਜ਼ਿੰਦਗੀ ਚ ਤੁਸੀਂ ਵਧੀਆ ਰਹੋਗੇ ਬਸ, ਕਿਉਂਕਿ ਇੱਥੇ ਬੜੇ ਲੋਕਾਂ ਦੇ ਮਨਾਂ ਵਿੱਚ ਵਹਿਮ ਭਰਮ ਹੋ ਜਾਂਦੇ ਆ ਵੀ ਇਹ ਇੱਦਾਂ ਉੱਦਾਂ ਉੱਦਾਂ। ਬਸ ਪਰਸਨਲ ਲਾਈਫ 'ਚ ਕਿਸੇ ਨੂੰ ਨਹੀਂ ਪਤਾ ਕੋਈ ਕਿੱਦਾਂ ਦੇ, ਕਹਿ ਦਿੰਦੇ ਨਾ ਫੇਕ ਲਾਈਫ। ਅਤੇ ਬਸ ਇਹੀ ਹੁੰਦਾ ਹੈ ਕਿ ਅੱਜ ਕੱਲ੍ਹ ਹਰ ਕਿਸੇ ਦੀ ਜ਼ਿੰਦਗੀ ਫੇਕ ਚੱਲਣ ਡਈ ਆ। ਕੋਈ ਕਿਤੇ ਅੱਜ ਅਸੀਂ ਕਹਿ ਲਓ ਕਿ ਅਸੀਂ ਤਾਂ ਕਿਸੇ ਨੇ ਹੱਸ ਕੇ ਗੱਲ ਕਰ ਲਵਾਂਗੇ, ਕਿਸੇ ਨੇ ਕਹਿਣਾ ਤਾਂ ਬੰਦਾ ਹੀ ਬੜਾ ਖੁਸ਼ ਦਿਲ ਆ। ਜੇ ਅੱਗੇ ਥੋੜ੍ਹਾ ਕੁ ਜੇ ਅੱਗੇ ਜਾ ਕੇ ਕਿਸੇ ਨਾਲ ਗੁੱਸੇ ਨਾਲ ਗੱਲ ਕਰ ਲਈ, ਉਹਨਾਂ ਨੇ ਕਹਿਣਾ ਤਾਂ ਬੰਦਾ ਬਹੁਤ ਬੈੜਾ ਆ, ਠੀਕ ਆ। ਅਤੇ ਅੱਗੇ ਜਾ ਕੇ ਜੇ ਅਸੀਂ ਕਿਸੇ ਨੂੰ ਕੁਛ ਦੇ ਦਈਏ ਜਾਂ ਦਾਨ ਕਰ ਦਈਏ, ਉਹਨਾਂ ਨੇ ਕਹਿਣਾ ਇਹ ਬੰਦਾ ਬਹੁਤ ਦਾਨੀ। ਮਤਲਬ ਸਾਡਾ ਜਿਹੜਾ ਦਾਅ ਹੈ ਨਾ, ਆਹ ਸਾਡਾ ਨਕਲੀ ਆ, ਇਹ ਟਾਈਮ ਟਾਈਮ 'ਤੇ ਬਦਲਦਾ ਰਹਿੰਦਾ ਹੈ। ਟਾਈਮ ਟਾਈਮ 'ਤੇ ਕਦੀ ਕੁਛ ਕਰਦਾ, ਕਦੀ ਕੁਛ ਕਰਦਾ। ਬਸ ਇਹੀ ਗੱਲ ਹੁੰਦੀ ਕਿ ਅੱਜ ਕੱਲ੍ਹ ਹਰ ਇੱਕ ਜ਼ਿੰਦਗੀ ਮਤਲਬ ਵੀ ਫੇਕ ਆ, ਫੇਕ ਹੀ ਆ। ਅਤੇ ਇਹ ਜਿਹੜੀ ਫੇਕ ਪਾਣੀ ਹੈ ਨਾ, ਕਦੀ ਕਦੀ ਆਪਾਂ ਨੂੰ ਅੱਗੇ ਲੈ ਜਾਂਦਾ ਅਤੇ ਕਦੀ ਕਦੀ ਆਪਾਂ ਨੂੰ ਪਿੱਛੇ ਲੈ ਜਾਂਦਾ ਹੈ। ਬਸ।